ਆਪਾਂ ਪਹੁੰਚ ਚੁੱਕੇ ਹਾਂ ਸਭ ਤੋਂ ਵੱਡੇ ਦੁਨੀਆ ਦੇ ਬ੍ਰਿਜ ਦੇ ਉੱਪਰ ਜਿਹੜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਸਭ ਤੋਂ ਵੱਡੇ ਦੁਨੀਆ ਦੇ ਬ੍ਰਿਜ ਦੇ ਉੱਪਰ, ਜਿਹੜਾ ਵਰਲਡ ਰਿਕਾਰਡ ਬ੍ਰਿਜ ਆਪਣੇ ਇੰਡੀਆ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤਿਆਰ ਹੋ ਚੁੱਕਿਆ ਹੈਗਾ। ਅਤੇ ਆਪਣੇ ਇੰਡੀਆ ਹੋਣ 'ਤੇ ਬਹੁਤ ਹੀ ਫਖਰ ਦੀ ਗੱਲ ਹੈ ਕਿ ਇੰਡੀਅਨ ਰੇਲਵੇ ਲਈ ਅਤੇ ਸਭ ਤੋਂ ਵੱਡਾ ਜਿਹੜਾ ਪ੍ਰੋਜੈਕਟ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਰਿਆਸੀ ਦੇ ਲਾਗੇ ਜਿਹੜਾ ਚਨਾਬ ਬ੍ਰਿਜ ਤਿਆਰ ਕੀਤਾ ਗਿਆ ਹੈਗਾ। ਚਨਾਬ ਬ੍ਰਿਜ ਦੇ ਵਿੱਚ ਆਪਾਂ ਮੌਜੂਦ ਹਾਂ, ਜਿੱਥੇ ਉਹਦੇ ਬਿਲਕੁਲ ਸੈਂਟਰ ਦੇ ਵਿੱਚ ਖੜ੍ਹੇ ਹਾਂ। ਅਤੇ ਆਮ ਬੰਦੇ ਨੂੰ ਅਲਾਊਡ ਨਹੀਂ ਇੱਥੇ ਆਉਣਾ, BSF ਦੀ ਪੂਰੀ ਇੱਥੇ ਸਿਕਿਉਰਿਟੀ ਬਹੁਤ ਜ਼ਿਆਦਾ ਲੱਗੀ ਹੋਈ ਹੈਗੀ, ਅਤੇ ਜਿਹੜਾ ਇੰਡੀਅਨ ਰੇਲਵੇ ਵੱਲੋਂ ਤਿਆਰ ਕੀਤਾ ਗਿਆ ਹੈਗਾ। ਅਤੇ ਬਹੁਤ ਸੋਹਣਾ, ਮੈਂ ਦਿਖਾ ਰਿਹਾ ਪੂਰਾ। ਦੇਖੋ ਜੀ, ਪੂਰੇ 2001 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਪ੍ਰੋਸੈਸ ਹੈ ਇਹ ਚੱਲਦਾ ਆ ਰਿਹਾ ਹੈਗਾ। ਪੂਰੇ 20 ਸਾਲਾਂ ਦੇ ਵਿੱਚ ਇਹ ਬ੍ਰਿਜ ਆ ਜਿਹੜਾ ਤਿਆਰ ਕੀਤਾ ਗਿਆ ਹੈਗਾ। ਕਟਰਾ ਤੋਂ ਅੱਗੇ ਜਿਹੜੀ ਇਹ ਲਾਈਨ ਪੈ ਰਹੀ ਹੈਗੀ ਪਹਾੜਾਂ ਦੇ ਵਿੱਚ ਦੀ, ਜਿੱਥੋਂ ਦੇਖੋ ਬੱਸਾਂ ਨਹੀਂ ਲੰਘਦੀਆਂ, ਹੈ ਨਾ, ਜਿੱਥੋਂ ਤੱਕ ਬੱਸਾਂ ਨਹੀਂ ਜਾਂਦੀਆਂ ਉੱਥੋਂ ਤੱਕ ਜਿਹੜੀ ਰੇਲਵੇ ਹੈਗੀ ਉਹ ਤਿਆਰ ਕੀਤੀ ਗਈ ਹੈਗੀ। ਰੇਲਵੇ ਲਾਈਨ ਜਿੱਥੇ ਤੱਕ ਰੇਲਵੇ ਲੈ ਕੇ ਗਏ ਨੇਗੇ ਉੱਥੇ ਤੱਕ ਬੱਸਾਂ ਨਹੀਂ ਜਾਂਦੀ ਹੈਗੀ। ਤੋ ਇਹ ਜੀ ਸਭ ਤੋਂ ਵੱਡਾ ਜਿਹੜਾ ਪੂਰੇ 1.5 ਕਿਲੋਮੀਟਰ ਦਾ ਜਿਹੜਾ ਬ੍ਰਿਜ ਹੈ ਇਹ ਤਿਆਰ ਕੀਤਾ ਗਿਆ ਹੈਗਾ। ਅਤੇ ਆਪਾਂ ਆਪਣਾ ਸਮਾਨ ਚੱਕ ਲਈਏ। ਸੋ ਜਿਹੜਾ ਇਹਦਾ ਸੈਲਫੀ ਪੁਆਇੰਟ ਬਣਾਇਆ ਗਿਆ ਉਹ ਸਾਹਮਣੇ ਦਿੱਤਾ ਹੋਇਆ ਸੈਲਫੀ ਪੁਆਇੰਟ ਦਾ, ਉੱਥੋਂ ਬਹੁਤ ਹੀ ਘੈਂਟ ਇਹਦੀ ਸੈਲਫੀ ਪੂਰੀ ਪ੍ਰੋਪਰ ਬ੍ਰਿਜ ਦੀ ਆਉਂਦੀ ਹੈਗੀ। ਅਤੇ ਇੱਧਰ ਦੇਖੋ ਪਹਾੜੀ ਪਹਾੜ ਪਹਾੜੀ ਪਹਾੜ, 19 ਡਿਗਰੀ ਸੈਲਸੀਅਸ ਜਿਹੜਾ ਇੱਥੇ ਟੈਂਪਰੇਚਰ ਹੈਗਾ। ਸਾਡਾ ਜਿਹੜਾ ਕੰਪਨੀ ਦਾ ਕਾਰਡ ਹੈ ਉਹ ਬਣਦਾ ਹੈਗਾ ਅਤੇ ਉਹਨੂੰ ਚੈੱਕ ਕਰਕੇ ਹੀ ਅੱਗੇ ਜਾਣ ਦਿੰਦੇ ਹੈਗੇ। ਅਤੇ ਆਮ ਬੰਦੇ ਦਾ ਹਾਲੇ ਇੱਥੇ ਆਉਣਾ ਅਲਾਊਡ ਨਹੀਂ ਹੈਗਾ ਕਿਸੇ ਦਾ ਵੀ। ਲੋਕਲ ਬੰਦੇ ਵੀ ਆਪਦੀ ID ਵਗੈਰਾ ਚੈੱਕ ਕਰਕੇ ਜਾਂਦੇ ਆ ਇੱਥੋਂ, ਜਿਹੜੇ ਘਰ ਹੈਗੇ ਇਹਨਾਂ ਦੇ। ਅਤੇ ਹਾਲੇ ਬਹੁਤ ਹੀ ਘੱਟ ਪਤਾ ਹੈ ਇਹ ਚੀਜ਼ ਬਾਰੇ ਆਪਣੇ ਜਿਹੜੇ ਪੰਜਾਬੀ ਲੋਕ ਹੈਗੇ ਹੈਗੇ, ਹੈ ਨਾ, ਅਤੇ ਬਹੁਤ ਹੀ ਘੱਟ ਆਉਂਦੇ ਆ ਇੱਥੇ ਬਾਕੀ ਜ਼ਿਆਦਾ। ਅਤੇ ਇਸ ਤੋਂ ਬਾਅਦ ਇੱਕ 13 ਕਿਲੋਮੀਟਰ ਦੀ ਜਿਹੜੀ ਸੁਰੰਗ ਹੈਗੀ ਉਹ ਇੰਡੀਅਨ ਰੇਲਵੇ ਵੱਲੋਂ ਤਿਆਰ ਕੀਤੀ ਗਈ ਹੈਗੀ, ਬਹੁਤ ਹੀ ਲੰਮੀ ਸੁਰੰਗ ਹੈਗੀ। ਉਹਦੇ ਵਿੱਚ ਵੀ ਆਪਣਾ ਜਿਹੜਾ ਕੰਮ ਹੈਗਾ ਕਰਨ ਵਾਲਾ ਉਹ ਕਰਨਾ ਆਪਾਂ ਨੇ ਉੱਥੇ। ਦੇਖੋ ਜੀ ਨੀਚੇ ਬਹੁਤ ਹੀ ਡੂੰਘਾ, ਦੇਖੋ ਇਹ ਚਨਾਬ ਹੈਗਾ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਹੈਗਾ। ਦੇਖੋ ਜੀ ਇਹ ਪੂਰੇ ਸਖ਼ਤ ਫਾਊਂਡੇਸ਼ਨ ਦੇ ਨਾਲ ਅੰਡਾਕਾਰ ਸ਼ੇਪ ਦੇ ਵਿੱਚ ਗਰਾਊਂਡ, ਇੱਕ ਗਰਾਊਂਡ ਦੀ ਤਰ੍ਹਾਂ ਇਹ ਤਿਆਰ ਕੀਤਾ ਗਿਆ ਹੈਗਾ। ਅਤੇ ਪੂਰੀ 100 ਸਾਲ ਦੀ ਗਰੰਟੀ ਦੇ ਨਾਲ ਇਹਨੂੰ ਇੰਨੀ ਸਖ਼ਤ ਪੋਜੀਸ਼ਨ ਦੇ ਨਾਲ ਤਿਆਰ ਕੀਤਾ ਗਿਆ ਹੈਗਾ ਵੀ ਇਸ ਪਾਣੀ ਦੇ। ਦੇਖੋ ਜੀ ਉਹ ਹੈਗੀ ਹੈ 9 ਕਿਲੋਮੀਟਰ ਦੀ ਸੁਰੰਗ, ਅਤੇ ਆਹ ਸੁਰੰਗ ਹੈਗੀ ਹੈਗੀ 13 ਕਿਲੋਮੀਟਰ ਦੀ, ਅਤੇ ਜਿਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਸੋ ਅੰਦਰ ਤਾਂ ਕੁਛ ਨਹੀਂ ਦਿੰਦਾ, ਬੈਂਟਰੀਆਂ ਲਾ ਲਾ ਕੇ ਕੰਮ ਕਰਨਾ ਪੈਂਦਾ, ਅਤੇ ਠੰਡ ਵੀ ਬਹੁਤ ਹੁੰਦੀ ਅੰਦਰ, ਅਤੇ ਪਾਣੀ ਗਿਰਦਾ ਰਹਿੰਦਾ ਹੈਗਾ, ਪਾਣੀ ਚੋਂਦਾ ਰਹਿੰਦਾ ਪਹਾੜਾਂ ਦਾ ਸੁਰੰਗ ਦੇ ਵਿੱਚ। ਵੀਡੀਓ ਸ਼ੇਅਰ ਜ਼ਰੂਰ ਕਰੋ ਜੀ, ਧੰਨਵਾਦ ਜੀ।